बोले सोने हाल सास भी अकाल। ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਹੂ ਵੱਲੋਂ ਤਹਿ ਦਿਲ ਤੋਂ ਸਵਾਗਤ ਕੀਤਾ ਜਾਂਦਾ ਔਰ ਫਤਿਹ ਦੀ ਸਾਂਝ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਅੱਜ ਤੁਹਾਨੂੰ ਉਸ ਧਰਤੀ 'ਤੇ ਲੈ ਕੇ ਆਇਆ ਵਾਂ ਜਿੱਥੋਂ ਦਾ ਇਤਿਹਾਸ ਵੀ ਬੜਾ ਕਮਾਲ ਹੈ ਅਤੇ ਜਿਸ ਕਿਲ੍ਹੇ ਦੇ ਵਿੱਚ ਤੁਹਾਨੂੰ ਲੈ ਕੇ ਆਇਆ ਵਾਂ ਇਸ ਕਿਲ੍ਹੇ ਦਾ ਮਾਲਕ ਵੀ ਬੜਾ ਕਮਾਲ ਹੈ। ਔਰ ਇਸ ਕਿਲ੍ਹੇ ਦੇ ਅੰਦਰ 3 ਵਾਰ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਚਰਨ ਪਾਏ। ਵੱਖਰੀ ਗੱਲ ਕਿ ਅੱਜ ਕਿਲ੍ਹਾ ਨਹੀਂ ਹੈ, ਪਰ ਕਿਲ੍ਹੇ ਦੀਆਂ ਕੁਝ ਕੁ ਨਿਸ਼ਾਨੀਆਂ ਜਿਹੜੀਆਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ, ਕੁਝ ਕੁ ਨਿਸ਼ਾਨੀਆਂ ਮੌਜੂਦ ਨੇ। ਕਿਲ੍ਹਾ ਭਾਵੇਂ ਅੱਜ ਮੌਜੂਦ ਨਹੀਂ ਹੈ, ਸਮੇਂ ਦੀ ਚਾਲ ਦੇ ਨਾਲ ਉਹ ਕਿਲ੍ਹੇ ਨੂੰ ਖਤਮ ਕਰ ਦਿੱਤਾ ਗਿਆ। ਕੁਝ ਸਾਡੇ ਆਪਣੀਆਂ ਨੇ, ਕੁਝ ਬਗਾਨਿਆਂ ਨੇ, ਕੁਝ ਵਾਤਾਵਰਣ ਨੇ, ਕੁਝ ਮਖੌਲ ਨੇ, ਕਈ ਕਾਰਨ ਬਣ ਗਏ। ਉਹ ਕਿਲ੍ਹਾ ਖਤਮ ਹੁੰਦਾ 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 ਅੱਜ ਖਤਮ ਹੋ ਗਿਆ, ਪਰ ਉਹਦੀਆਂ ਕੁਝ ਕੁ ਨਿਸ਼ਾਨੀਆਂ ਮੌਜੂਦ ਨੇ। ਇਹ ਕਿਲ੍ਹਾ ਕਿਸ ਨੇ ਬਣਾਇਆ ਸੀ, ਕੌਣ ਸੀ ਇਸ ਦਾ ਮਾਲਕ, ਕੌਣ ਇਸ ਕਿਲ੍ਹੇ ਦੇ ਵਿੱਚ ਆਇਆ, ਇਸ ਕਿਲ੍ਹੇ ਦੀ ਇਤਿਹਾਸਿਕ ਪੱਖ ਤੋਂ ਵੇਖਾਂ ਅਤੇ ਮਹਾਨਤਾ ਕੀ ਹੈ, ਥੋੜ੍ਹਾ ਜਿਹਾ ਤੁਹਾਡੇ ਨਾਲ ਮੈਂ ਜ਼ਿਕਰ ਕਰਦੇ ਹਾਂ। ਇਹ ਕਿਲ੍ਹਾ ਸੀ ਨਿਹੰਗ ਖਾਂ ਦਾ। ਇਹ ਕੋਟਲਾ ਨਿਹੰਗ ਖਾਂ ਦੁਨੀਆ ਦੇ ਅੰਦਰ ਬੜਾ ਪ੍ਰਚਲਿਤ ਸੀ। ਇਹ ਨਿਹੰਗ ਖਾਂ ਰਾਏ ਕੱਲੇ ਦਾ ਕੁੜਮ ਲੱਗਦਾ ਸੀ, ਅਤੇ ਜਦੋਂ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਮਾਲਵੇ ਵੱਲ ਗਏ ਨੇ
ਤੇ ਇਸ ਸੱਜਣ ਨੇ, ਇਸ ਕਿਲੇ ਦੇ ਮਾਲਕ ਨਿਹੰਗ ਖਾਨ ਨੇ ਰਾਏ ਕੱਲਾ ਨੂੰ ਕਿਹਾ ਸੀ ਕਿ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਮੈਂ ਸ਼ਰਧਾਲੂ ਹਾਂ, ਮੈਨੂੰ ਪਤਾ ਲੱਗਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਮਾਲਵੇ ਵਾਲੇ ਪਾਸੇ ਗਏ ਨੇ, ਸੇਵਾ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਕਮੀ ਨਹੀਂ ਰਹਿਣੀ ਚਾਹੀਦੀ। ਇਹ ਗੁਰੂ ਘਰ ਦੇ ਸ਼ਰਧਾਲੂ ਸਨ। ਮਨ ਕੀ ਮਨ ਦੇ ਵਿੱਚ ਸੋਚਦਾ ਮੈਂ ਜਦੋਂ ਕੁਝ ਸੱਜਣ ਕਹਿ ਦਿੰਦੇ ਨੇ ਮੁਸਲਮਾਨਾਂ ਨਾਲ ਜੰਗ, ਮੈਂ ਕਹਿੰਦਾ ਹੁੰਦਾ ਕਿ ਤੁਸੀਂ ਸਾਰੇ ਮੁਸਲਮਾਨਾਂ ਨੂੰ ਮਾੜਾ ਨਹੀਂ ਕਹਿ ਸਕਦੇ। ਕੁਝ ਕੁ ਮੁਸਲਮਾਨ ਸ਼ਾਸਕਾਂ ਨੇ ਇਤਿਹਾਸ ਦੇ ਅੰਦਰ ਉਹ ਕਾਰਨਾਮੇ ਕੀਤੇ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ, ਪਰ ਮੀਆਂ ਮੀਰ ਨੂੰ ਕਿਵੇਂ ਭੁੱਲ ਸਕਦੇ ਹਾਂ? ਗਨੀ ਖਾਨ ਅਤੇ ਨਬੀ ਖਾਨ ਨੂੰ ਕਿਵੇਂ ਭੁੱਲ ਸਕਦੇ ਹਾਂ? ਇਸੇ ਪ੍ਰਕਾਰ ਅਸੀਂ ਨਿਹੰਗ ਖਾਨ ਨੂੰ ਕਿਵੇਂ ਭੁੱਲ ਸਕਦੇ ਹਾਂ? ਜੇ ਇਸ ਤੋਂ ਵੀ ਥੋੜ੍ਹੀ ਜਿਹੀ ਅੱਗੇ ਚੱਲੀਏ ਅਤੇ ਆਪਾਂ ਰਾਏ ਕੱਲਾ ਨੂੰ ਕਿਵੇਂ ਭੁੱਲ ਸਕਦੇ ਹਾਂ ਜਿਹੜੇ ਗੁਰੂ ਘਰ ਦੇ ਅਨੰਨ ਭਗਤ ਰਹੇ ਨੇ, ਸ਼ਰਧਾਲੂ ਰਹੇ ਨੇ, ਅਤੇ ਉਸ ਸਮੇਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਮਦਦ ਕੀਤੀ ਹੈ। ਜਦੋਂ ਚੱਪਾ ਚੱਪਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਵੈਰੀ ਹੋਇਆ ਪਿਆ, ਜਦੋਂ ਪੱਤਾ ਪੱਤਾ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਵੈਰੀ ਹੋਇਆ ਪਿਆ, ਇਸ ਕਿਲੇ ਦਾ ਮਾਲਕ ਜਿੱਥੇ ਅੱਜ ਆਪਾਂ ਆਏ ਹਾਂ, ਇਸ ਕਿਲੇ ਦੀ ਚਾਰਦੀਵਾਰੀ ਤੁਸੀਂ ਦੇਖੀ ਹੈ, ਥੋੜ੍ਹੀਆਂ ਥੋੜ੍ਹੀਆਂ ਨਿਸ਼ਾਨੀਆਂ ਮੌਜੂਦ ਨੇ, ਇਹ ਨਿਹੰਗ ਖਾਨ ਦਾ ਆਪਣਾ ਘਰ ਸੀ, ਇਹਦਾ ਆਪਣਾ ਕਿਲਾ ਸੀ। ਅਤੇ ਖਿਆਲ ਕਰੇ ਜੇ ਤਿੰਨ ਵਾਰੀ ਤਾਂ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਚਰਨ ਪਾਏ, ਅਤੇ ਫਿਰ ਜਦੋਂ ਭਾਈ ਬਚਿੱਤਰ ਸਿੰਘ ਜੀ ਜੰਗ ਦੇ ਮੈਦਾਨ ਦੇ ਅੰਦਰ ਜ਼ਖਮੀ ਹੋ ਗਏ ਅਤੇ ਕੋਟਲਾ ਨਿਹੰਗ ਖਾਨ ਦੇ ਇਸ ਕਿਲੇ ਦੇ ਵਿੱਚ ਆਏ, ਅਤੇ ਬੜੀ ਕਮਾਲ ਦੀ ਗੱਲ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਸੂਹ ਮਿਲੀ, ਸਿੱਖਾਂ ਦੇ ਅੰਦਰ ਆਉਣ ਦੀ ਖਬਰ ਮਿਲੀ, ਅਤੇ ਇੱਕਦਮ ਤਲਾਸ਼ੀਆਂ ਛਿੜਨ ਲੱਗ ਪਈਆਂ। ਜਦੋਂ ਪੂਰੇ ਕਿਲੇ ਦੀ ਤਲਾਸ਼ੀ ਲਈ ਗਈ ਅਤੇ ਇਸ ਕਿਲੇ ਦੇ ਮਾਲਕ ਨੇ, ਜਿਹਦੀ ਆਪਣੀ ਬੇਟੀ ਭਾਈ ਬਚਿੱਤਰ ਸਿੰਘ ਦੀ ਸੇਵਾ ਦੇ ਵਿੱਚ ਹਾਜ਼ਰ ਸੀ, ਜਦੋਂ ਉਹ ਕਮਰਾ ਰਹਿ ਗਿਆ ਅਤੇ ਇੱਕਦਮ ਕਿਹਾ ਗਿਆ ਕਿ ਇਹ ਦਰਵਾਜ਼ਾ ਖੋਲ੍ਹ ਦਿੱਤਾ ਜਾਵੇ, ਅਤੇ ਉਸੇ ਵੇਲੇ ਨਿਹੰਗ ਖਾਨ ਨੇ ਕਿਹਾ ਸੀ ਕਿ ਜੇ ਕਹਿੰਦੇ ਹੋ ਤਾਂ ਕਮਰਾ ਖੋਲ੍ਹ ਦਿੰਦਾ ਮੈਂ, ਪਰ ਇਹਦੇ ਅੰਦਰ ਮੇਰੀ ਧੀ ਅਤੇ ਮੇਰਾ ਦਮਾਦ ਬੈਠੇ ਹੋਏ ਨੇ। ਜਦੋਂ ਧੀ ਅਤੇ ਦਮਾਦ ਸ਼ਬਦ ਵਰਤਿਆ, ਉਹ ਕਹਿੰਦੇ ਨਹੀਂ, ਸਾਨੂੰ ਕਿਸੇ ਨੇ ਸੂਹ ਦਿੱਤੀ ਸੀ, ਅਸੀਂ ਤਲਾਸ਼ੀ ਲੈਣ ਦੇ ਲਈ ਆਏ ਹਾਂ, ਬਿਲਕੁਲ ਤੁਸੀਂ ਆਪਣੀ ਜਗ੍ਹਾ ਦੇ ਉੱਪਰ ਸੱਚੇ ਹੋ, ਅਸੀਂ ਵਾਪਸ ਚਲੇ ਜਾਂਦੇ ਹਾਂ। ਜਦੋਂ ਵਾਪਸ ਚਲੇ ਗਏ ਤਾਂ ਮੁਮਤਾਜ਼ ਨੇ ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ, ਤੁਹਾਡੀ ਰਸਨਾ ਤੋਂ ਬੋਲ ਨਿਕਲੇ ਸਨ ਕਿ ਅੰਦਰ ਮੇਰੀ ਧੀ ਅਤੇ ਮੇਰਾ ਦਮਾਦ ਹੈ, ਵੱਖਰੀ ਗੱਲ ਕਿ ਤੁਸੀਂ ਮੇਰੀ ਮੰਗਣੀ ਕਰ ਦਿੱਤੀ ਹੈ, ਪਰ ਮੈਂ ਹੁਣ ਉੱਥੇ ਸ਼ਾਦੀ ਨਹੀਂ ਕਰਵਾਵਾਂਗੀ। ਤੁਹਾਡੀ ਰਸਨਾ ਤੋਂ ਅੱਲਾ ਬੋਲਿਆ, ਤੁਹਾਡੀ ਰਸਨਾ ਤੋਂ ਰੱਬ ਬੋਲਿਆ, ਇਸ ਕਰਕੇ ਮੈਂ ਉਹਨਾਂ ਬਚਨਾਂ 'ਤੇ ਪਹਿਰਾ ਦੇਵਾਂਗੀ। ਖਿਆਲ ਕਰੇ ਜੇ ਭਾਈ ਬਚਿੱਤਰ ਸਿੰਘ ਜੀ ਦੀ ਸ਼ਹਾਦਤ ਹੋ ਗਈ, ਭਾਈ ਬਚਿੱਤਰ ਸਿੰਘ ਜੀ ਦਾ ਸੰਸਕਾਰ ਹੋ ਗਿਆ, ਅਤੇ ਸੰਸਕਾਰ ਤੋਂ ਬਾਅਦ ਉਸ ਬੀਬੀ ਨੇ ਆਪਣੇ ਪਿਤਾ ਨੂੰ ਕਿਹਾ ਹੋਇਆ, ਬੋਲ ਪੁਗਾਇਆ, ਉਹਨੇ ਸਾਰੀ ਜ਼ਿੰਦਗੀ ਸ਼ਾਦੀ ਨਹੀਂ ਕਰਵਾਈ। ਇੱਕ ਮੈਂ ਬੇਨਤੀ ਕਰਾਂ, ਜੇ ਕੁਝ ਲੋਕ ਸੱਜਣ ਇਹ ਗੱਲ ਕਹਿ ਦਿੰਦੇ ਨੇ ਕਿ ਮੁਸਲਮਾਨ ਸ਼ਾਸਕਾਂ ਨੇ ਤੁਹਾਡੇ ਨਾਲ ਧੱਕਾ ਕੀਤਾ, ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਮੈਂ, ਕੁਝ ਕੁ ਮੁਸਲਮਾਨ ਸ਼ਾਸਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਵਜ਼ੀਰ ਖਾਨ ਨੂੰ ਨਹੀਂ ਭੁੱਲ ਸਕਦੇ, ਪਰ ਚੇਤਾ ਰੱਖਿਆ ਜੇ ਨਾਲ ਸਾਨੂੰ ਸੁੱਚਾਨੰਦ ਵੀ ਨਹੀਂ ਭੁੱਲਦਾ, ਇਹ ਵੀ ਚੇਤਾ ਰੱਖਣ ਵਾਲੀ ਗੱਲ ਹੈ। ਜੇ ਵਜ਼ੀਰ ਖਾਨ ਦਾ ਹਵਾਲਾ ਦੇ ਕੇ ਸਾਨੂੰ ਮੁਸਲਮਾਨ ਭਰਾਵਾਂ ਤੋਂ ਪਾਸੇ ਕੀਤਾ ਜਾਂਦਾ ਹੈ, ਤਾਂ ਮੈਂ ਕਹਿੰਦਾ ਸੁੱਚਾਨੰਦ ਵੀ ਉਸ ਵਕਤ ਓਡਾ ਕੀ ਵੱਡਾ ਦੋਸ਼ੀ ਹੈ ਜਿਹੜਾ ਕਹਿੰਦਾ ਇਹ ਸੱਪ ਦੇ ਬੱਚੇ ਨੇ, ਅਤੇ ਸੱਪ ਦੇ ਬੱਚੇ ਦੇ ਅੰਦਰ ਜ਼ਹਿਰ ਹੁੰਦਾ, ਵੱਡੇ ਹੋ ਕੇ ਡੰਗ ਮਾਰਨਗੇ। ਮੈਨੂੰ ਲੱਗਦਾ ਵੀ ਜਿਹੜਾ ਬੋਲ ਸੁੱਚਾਨੰਦ ਨੇ ਕਿਹਾ, ਉਹੋ ਜਿਹੇ ਬੋਲ ਤਾਂ ਸ਼ਾਇਦ ਵਜ਼ੀਰ ਖਾਨ ਦੀ ਜ਼ਬਾਨ ਤੋਂ ਵੀ ਨਾ ਨਿਕਲੇ ਹੋਣ ਜਿਹੜੇ ਉਸ ਵਕਤ ਝੂਠਾ ਆਨੰਦ ਨੇ ਇਸ ਤਰੀਕੇ ਦੇ ਬੋਲ ਕਹੇ ਸਨ। ਦਰਸ਼ਕੋ, ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਮੈਂ, ਸਾਡੇ ਵਿੱਚ ਅਤੇ ਮੁਸਲਮਾਨ ਭਰਾਵਾਂ ਦੇ ਵਿੱਚ ਜਦੋਂ ਕੋਈ ਵਿਤਕਰਾ ਪੈਦਾ ਕਰਨਾ ਹੋਵੇ, ਦੁਸ਼ਮਣ ਤਾਕਤਾਂ ਨੇ ਭੇਦਭਾਵ ਕਰਨਾ ਹੋਵੇ, ਤਾਂ ਸਾਨੂੰ ਇਹ ਗੱਲ ਆਮ ਕਰਕੇ ਕਹਿ ਦਿੱਤੀ ਜਾਂਦੀ ਹੈ ਵੀ ਦੇਖੋ ਮੁਸਲਮਾਨਾਂ ਨੇ ਤੁਹਾਡੇ ਨਾਲ ਧੱਕਾ ਕੀਤਾ, ਬੰਦ ਬੰਦ ਕੱਟੇ। ਮੈਂ ਕਹਿੰਦਾ ਵਾਂ ਮੁਸਲਮਾਨ ਸ਼ਾਸਕਾਂ ਨੇ, ਕੁਝ ਕੁ ਸ਼ਾਸਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਤੇ ਨਿਹੰਗ ਖਾਨ ਵੀ ਤਾਂ ਇੱਕ ਸੱਚਾ ਮੁਸਲਮਾਨ ਸੀ, ਇਹਦੀ ਕੁਰਬਾਨੀ ਵੀ ਤਾਂ ਮੈਨੂੰ ਯਾਦ ਹੈ, ਰਾਏ ਕੱਲਾ ਵੀ ਤਾਂ ਇੱਕ ਸੱਚਾ ਮੁਸਲਮਾਨ ਹੈ, ਇਹਦੀ ਕੁਰਬਾਨੀ ਵੀ ਤਾਂ ਯਾਦ ਹੈ, ਮੈਨੂੰ ਬੀਬੀ ਮੁਮਤਾਜ਼ ਦੀ ਕੁਰਬਾਨੀ ਵੀ ਚੇਤੇ ਹੈ ਜਿਹਦੀ ਮੰਗਣੀ ਹੋ ਗਈ। ਔਰ ਦੇਖੋ ਇੱਕ ਏਡੇ ਵੱਡੇ ਬਾਦਸ਼ਾਹ ਦੀ ਬੇਟੀ ਕਹਿ ਸਕਦਾ ਮੈਂ, ਅੱਜ ਵੀ ਉਸ ਕਿਲੇ ਦੇ ਖੰਡਰ ਦੱਸਦੇ ਪਏ ਨੇ ਕਿ ਕੋਟਲਾ ਨਿਹੰਗ ਖਾਂ ਕੈਸਾ ਹੋਵੇਗਾ, ਨਿਹੰਗ ਖਾਂ ਕਿਤਨਾ ਅਮੀਰ ਹੋਵੇਗਾ, ਅਤੇ ਅਮੀਰ ਦੀ ਬੇਟੀ ਦੀ ਸ਼ਾਦੀ ਵੀ ਤਾਂ ਕਿਸੇ ਅਮੀਰ ਘਰ ਦੇ ਵਿੱਚ ਹੋਣੀ ਸੀ, ਪਰ ਉਹਨੇ ਉਹ ਸਾਰੀਆਂ ਚੀਜ਼ਾਂ ਤਿਆਗੀਆਂ ਅਤੇ ਕਿਹਾ ਪਿਤਾ ਜੀ ਜੇ ਤੁਹਾਡੀ ਰਸਨਾ ਤੋਂ ਬੋਲ ਨਿਕਲਿਆ ਸੀ ਕਿ ਬਚਿੱਤਰ ਸਿੰਘ ਮੇਰਾ ਦਮਾਦ ਹੈ ਅਤੇ ਅੰਦਰ ਮੇਰੀ ਧੀ ਅਤੇ ਦਮਾਦ ਨੇ, ਅਤੇ ਮੈਂ ਤੁਹਾਡੇ ਬਚਨਾਂ 'ਤੇ ਪੂਰਾ ਉਤਰਾਂਗੀ, ਮੈਂ ਸ਼ਾਦੀ ਨਹੀਂ ਕਰਵਾਵਾਂਗੀ, ਮੈਂ ਨਿਕਾਹ ਨਹੀਂ ਕਰਵਾਵਾਂਗੀ। ਉਹ ਗੱਲਾਂ ਇਸੇ ਹਵੇਲੀ ਦੀਆਂ ਨੇ, ਭਾਈ ਬਚਿੱਤਰ ਸਿੰਘ ਜੀ ਨੇ ਆਪਣੇ ਪ੍ਰਾਣ ਇਸੇ ਹਵੇਲੀ ਦੇ ਵਿੱਚ ਤਿਆਗੇ, ਸ਼ਹਾਦਤ ਨੂੰ ਪ੍ਰਾਪਤ ਹੋ ਗਏ।
अकाल चैनल नू सब्सक्राइब करो, नवी वीडियोस दी नोटिफिकेशन दे ले, बेल आइकन नू क्लिक करना ना भूलना।